It's your body, Hari Baba. ਮੰਜ਼ਲ ਇਨਸਾਨ ਦੇ ਹੌਸਲੇ ਅਜਮਾਉਂਦੀ ਆ, ਸੁਪਨਿਆਂ ਦੇ ਝੂਠੇ ਪਰਦੇ ਅੱਖਾਂ ਤੋਂ ਲਾਉਂਦੀ ਆ। ਕੁਝ ਵੀ ਹੋ ਜਾਵੇ, ਕਦੇ ਹਿੰਮਤ ਨਾ ਹਾਰੋ, ਠੋਕਰ ਹੀ ਇਨਸਾਨ ਨੂੰ ਸੰਭਲਣਾ ਸਿਖਾਉਂਦੀ ਆ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜਤੇ ਜੀ, ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਤੁਹਾਡੀ ਸਭ ਦੀ ਫਰਮਾਇਸ਼ ਨੂੰ ਪੂਰੇ ਕਰਦੇ ਹੋਏ ਪੰਜਾਬ ਦੀ ਬਹੁਤ ਹੀ ਟੈਲੈਂਟਡ, ਖੂਬਸੂਰਤ ਤੇ ਨਾਮਵਾਰ ਐਕਟਰੈਸ ਰਬੀਨਾ ਬਾਜਵਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਸੋ ਦੋਸਤੋ, ਆਪਾਂ ਅੱਜ ਰਬੀਨਾ ਬਾਜਵਾ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਫਿਲਮੀ ਕਰੀਅਰ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ, ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਅੱਗੇ ਵੀ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਵਧੀਆ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ। ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਹੁਣ ਆਪਾਂ ਰਬੀਨਾ ਬਾਜਵਾ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ। ਰਬੀਨਾ ਬਾਜਵਾ ਦਾ ਜਨਮ 24 ਫਰਵਰੀ ਨੂੰ ਮਾਤਾ ਸੁਰਿੰਦਰ ਬਾਜਵਾ ਦੀ ਕੁੱਖੋਂ ਤੇ ਪਿਤਾ ਸਰਦਾਰ ਜਸਵੰਤ ਬਾਜਵਾ ਦੇ ਘਰ ਵੈਨਕੂਵਰ BC ਕੈਨੇਡਾ ਵਿਖੇ ਹੋਇਆ। ਉਹਨਾਂ ਨੇ ਆਪਣੀ ਸਕੂਲਿੰਗ ਤੇ ਕਾਲਜ ਤੱਕ ਦੀ ਪੜ੍ਹਾਈ ਕੈਨੇਡਾ ਤੋਂ ਹੀ ਕੀਤੀ ਤੇ ਉਹਨਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਇਸ ਕਰਕੇ ਕਾਲਜ ਜਾਂ ਸਕੂਲ ਵਿੱਚ ਜੋ ਵੀ ਕਲਚਰਲ ਐਕਟੀਵਿਟੀਜ਼ ਹੁੰਦੀਆਂ ਸਨ, ਉਸ ਵਿੱਚ ਉਹ ਜ਼ਰੂਰ ਪਾਰਟਿਸਿਪੇਟ ਕਰਦੇ ਸਨ ਤੇ ਉਹਨਾਂ ਦਾ ਬਚਪਨ ਤੋਂ ਇਹ ਸੁਪਨਾ ਸੀ ਕਿ ਉਹ ਇੱਕ ਦਿਨ ਜ਼ਰੂਰ ਹੀ ਫਿਲਮ ਸਟਾਰ ਬਣਨਗੇ। ਇਸ ਲਈ ਉਹਨਾਂ ਨੇ ਬਚਪਨ ਤੋਂ ਹੀ ਫਿਲਮ ਸਟਾਰ ਬਣਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਉਹਨਾਂ ਦਾ ਇਹ ਸੁਪਨਾ ਉਸ ਸਮੇਂ ਪੂਰਾ ਹੋਇਆ ਜਦੋਂ ਉਹਨਾਂ ਦੀ ਸਿਸਟਰ ਨੀਰੂ ਬਾਜਵਾ, ਜੋ ਕਿ ਪੰਜਾਬ ਦੀ ਬਹੁਤ ਹੀ ਵਧੀਆ ਐਕਟਰੈਸ ਆ, ਉਹਨਾਂ ਨੇ ਫਿਲਮ ਸਰਗੀ ਡਾਇਰੈਕਟ ਕੀਤੀ ਤੇ ਰਬੀਨਾ ਬਾਜਵਾ ਨੂੰ ਐਜ਼ ਏ ਐਕਟਰੈਸ ਲਿਆ। ਇਸ ਫਿਲਮ ਵਿੱਚ ਉਹਨਾਂ ਨੇ ਪੰਜਾਬ ਦੇ ਨਾਮਵਰ ਸਿੰਗਰ ਤੇ ਐਕਟਰ ਜੱਸੀ ਗਿੱਲ ਤੇ ਬੱਬਲ ਰਾਏ ਨਾਲ ਕੰਮ ਕੀਤਾ ਤੇ ਉਹਨਾਂ ਦੀ ਇਹ ਫਿਲਮ ਸੁਪਰ ਹਿੱਟ ਰਹੀ। ਇਸ ਫਿਲਮ ਲਈ ਹੀ ਉਹਨਾਂ ਨੂੰ PTC ਪੰਜਾਬੀ ਫਿਲਮ ਅਵਾਰਡ 2018 ਮਿਲਿਆ ਬੈਸਟ ਡੈਬਿਊ ਐਕਟਰੈਸ। ਤੇ ਇਸ ਤੋਂ ਬਾਅਦ ਉਹਨਾਂ ਨੇ ਰੋਸ਼ਨ ਪ੍ਰਿੰਸ ਨਾਲ ਲਾਵਾਂ ਫੇਰੇ ਮੂਵੀ ਕੀਤੀ, ਜਿਸ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਤੇ ਇਹ ਫਿਲਮ ਵੀ ਸੁਪਰ ਡੁਪਰ ਹਿੱਟ ਰਹੀ। ਤੇ ਦੋਸਤੋ, ਹੁਣ ਆਪਾਂ ਰਬੀਨਾ ਬਾਜਵਾ ਜੀ ਦੀ ਫੈਮਿਲੀ ਦੀ ਗੱਲ ਕਰਦੇ ਹਾਂ। ਰਬੀਨਾ ਬਾਜਵਾ ਜੀ ਆਪਣੀ ਫੈਮਿਲੀ ਦੇ ਨਾਲ ਕੈਨੇਡਾ ਵਿਖੇ ਰਹਿ ਰਹੇ ਆ। ਉਹਨਾਂ ਦੀ ਫੈਮਿਲੀ ਵਿੱਚ ਉਹਨਾਂ ਦੇ ਮਾਤਾ ਜੀ, ਦੋ ਸਿਸਟਰਸ ਨੀਰੂ ਬਾਜਵਾ ਤੇ ਸਬਰੀਨਾ ਬਾਜਵਾ ਤੇ ਇੱਕ ਉਹਨਾਂ ਦਾ ਬ੍ਰਦਰ ਸੁਹੇਲ ਬਾਜਵਾ ਤੇ ਉਹਨਾਂ ਦੇ ਪਿਤਾ ਸਰਦਾਰ ਜਸਵੰਤ ਬਾਜਵਾ ਜੀ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ, ਜਿਨ੍ਹਾਂ ਨੂੰ ਉਹਨਾਂ ਦਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਮਿਸ ਕਰਦਾ ਰਹਿੰਦਾ। ਸੋ ਦੋਸਤੋ, ਹੁਣ ਆਪਾਂ ਰਬੀਨਾ ਬਾਜਵਾ ਜੀ ਦੀ ਹੌਬੀਜ਼ ਦੀ ਗੱਲ ਕਰਦੇ ਹਾਂ। ਉਹਨਾਂ ਨੂੰ ਟਰੈਵਲਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਆ, ਉਹਨਾਂ ਨੂੰ ਮੂਵੀਜ਼ ਦੇਖਣੀਆਂ ਵੀ ਪਸੰਦ ਆ ਤੇ ਉਹ ਆਪਣੇ ਆਪ ਨੂੰ ਫਿਟ ਰੱਖਣਾ ਪਸੰਦ ਕਰਦੇ, ਇਸ ਲਈ ਉਹ ਜਿਮ ਵੀ ਜਾਂਦੇ ਆ। ਤੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ, ਜੋ ਤੁਸੀਂ ਇੱਕ ਕੁਐਸਚਨ ਮੈਨੂੰ ਵਾਰ ਵਾਰ ਪੁੱਛਦੇ ਹੋ, ਬਹੁਤ ਵਾਰ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਿਆ, ਮੈਸੇਜ ਕਰਕੇ ਪੁੱਛਦੇ ਰਹਿੰਦੇ ਹੋ ਕਿ ਇਹ ਦੱਸੋ ਕਿ ਰਬੀਨਾ ਬਾਜਵਾ ਜੀ ਦੀ ਮੈਰਿਜ ਹੋਈ ਆ ਜਾਂ ਨਹੀਂ। ਤਾਂ ਦੋਸਤੋ, ਮੈਂ ਤੁਹਾਨੂੰ ਦੱਸ ਦੇਵਾਂ, ਜਿੱਥੋਂ ਤੱਕ ਸਾਡੇ ਕੋਲੇ ਨਿਊਜ਼ ਆ, ਸਨ 2018 ਦੇ ਹਿਸਾਬ ਨਾਲ ਰਬੀਨਾ ਬਾਜਵਾ ਜੀ ਦੀ ਅਜੇ ਤੱਕ ਮੈਰਿਜ ਨਹੀਂ ਹੋਈ, ਉਹ ਅਨਮੈਰਿਡ ਨੇ। ਸੋ ਦੋਸਤੋ, ਮੈਨੂੰ ਉਮੀਦ ਆ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਆਨਸਰ ਮਿਲ ਗਿਆ ਹੋਊਗਾ। ਤੇ ਦੋਸਤੋ, ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਰਬੀਨਾ ਬਾਜਵਾ ਜੀ ਦੀ ਲਾਈਫ ਬਾਰੇ ਜਾਣ ਸਕਣ। ਤੇ ਦੋਸਤੋ, ਜੇ ਤੁਸੀਂ ਰਬੀਨਾ ਬਾਜਵਾ ਜੀ ਦੇ ਪੱਕੇ ਫੈਨ ਹੋ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਤੇ ਇਸ ਦੇ ਨਾਲ ਹੀ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਲਿਖੋ ਕਿ ਪੱਕੇ ਫੈਨ ਰਬੀਨਾ ਬਾਜਵਾ ਦੇ। ਤੇ ਦੋਸਤੋ, ਹੋਰ ਵੀਡੀਓ ਲਈ ਤੁਸੀਂ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਚੈਨਲ ਸਬਸਕ੍ਰਾਈਬ ਕਰਨ ਲਈ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰ ਦਿਓ ਤੇ ਨਾਲ ਆ ਰਹੇ ਬੈਲ ਦੇ ਆਈਕਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਜੇਕਰ ਤੁਸੀਂ ਵੀ ਆਪਣੇ ਕਿਸੇ ਫੇਵਰਿਟ ਸਟਾਰ ਦੀ ਬਾਇਓਗ੍ਰਾਫੀ ਬਣਵਾਉਣੀ ਚਾਹੁੰਦੇ ਹੋ ਤਾਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਮੈਂ ਤੁਹਾਡੇ ਲਈ ਜਲਦੀ ਤੋਂ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਊਂਗਾ। ਸੋ ਦੋਸਤੋ, ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।